ਵੀਰ ਜੀ, ਇਹ ਹੈ ਵੀ ਸੋਲਰ ਸਿਸਟਮ ਹੈ ਜਿਹੜਾ, ਇਹ ਆਪਣਾ ਫਿਊਚਰ ਹੈ ਆਉਣ ਵਾਲੇ ਟਾਈਮ 'ਤੇ। ਜਿਹੜੀ ਰਿਨਿਊਏਬਲ ਐਨਰਜੀ ਹੈ ਇਹ ਕਈ ਤਰ੍ਹਾਂ ਨਾਲ ਆਪਾਂ ਇਹਦੇ ਡਿਪੈਂਡੈਂਟ ਹੋ ਰਹੇ ਹਾਂ, ਜਿਵੇਂ ਹਾਈਡਰੋਜਨ ਵੀ ਆ ਗਿਆ ਹੁਣ, ਤਾਂ ਸੋਲਰ ਜਿਹੜਾ ਇਸ ਤਰ੍ਹਾਂ ਹੈ ਵੀ ਇਹਦੇ 'ਚ ਕੋਈ ਵੀ ਕਾਰਬਨ ਐਮਿਸ਼ਨ ਨਹੀਂ ਹੁੰਦਾ, ਅਤੇ ਸਰਕਾਰ ਇਹਨੂੰ ਬਹੁਤ ਪ੍ਰਮੋਟ ਕਰ ਰਹੀ ਹੈ, ਅਤੇ ਆਪਣੇ ਆਉਣ ਵਾਲੇ ਭਵਿੱਖ ਵਾਸਤੇ ਇਹ ਬਹੁਤ ਜ਼ਰੂਰੀ ਹੋ ਗਿਆ ਆਪਣੇ ਵਾਸਤੇ ਲਾਉਣਾ। ਇਹ ਇਸ ਤਰ੍ਹਾਂ ਸਰ ਵੀ ਤੁਸੀਂ ਵਾਟ ਦਾ, ਤਾਂ ਇਹ ਹੈ ਵੀ ਤੁਹਾਡੀ ਲੋਡ ਦੇ ਹਿਸਾਬ ਨਾਲ ਹੈ, ਜਿਹਨੂੰ 3 ਕਿਲੋਵਾਟ ਦੀ ਲੋਡ ਹੈ, 5 ਦੀ ਲੋਡ ਹੈ, ਉਹ ਯੂਨਿਟ ਦੇ ਸਾਲ ਦੇ ਯੂਨਿਟ ਜੋੜ ਕੇ ਅਤੇ ਉਸ ਹਿਸਾਬ ਨਾਲ ਲੱਗਦਾ। ਮੋਟਰ ਦਾ ਇਹ ਹੈ ਵੀ ਜਿੰਨੀ ਆਪਣੀ ਪਾਣੀ ਦਾ, ਜਿਵੇਂ ਹੁਣ 3 ਦੀ ਮੋਟਰ ਹੈ 2 ਕਿੱਲਿਆਂ ਵਾਸਤੇ, 5 ਦੀ ਮੋਟਰ ਹੈ 3-4 ਕਿੱਲਿਆਂ ਵਾਸਤੇ, 7.5 ਦੀ ਹੋਰ 6 ਕਿੱਲਿਆਂ ਵਾਸਤੇ, ਇਸ ਤਰ੍ਹਾਂ ਉਹ ਲੋਡ ਦੇ ਹਿਸਾਬ ਨਾਲ ਹੈ। ਪਰ ਇਹਦੀ ਸਟੱਡੀ ਕਰਨੀ ਚਾਹੀਦੀ ਹੈ ਵੀ ਪਾਣੀ ਕਿੰਨਾ ਡੂੰਘਾ, ਬੋਰ ਕਿੰਨਾ ਚੌੜਾ ਹੈ, ਠੀਕ ਹੈ, ਤੁਸੀਂ ਕਿੰਨਾ ਪਾਣੀ ਲੈਣਾ ਚਾਹੁੰਦੇ ਆ ਜ਼ਮੀਨ ਦੇ ਹਿਸਾਬ ਨਾਲ, ਫਿਰ ਉਹਦੇ ਜਿਹੜੇ ਆਪਣੇ ਕਿੰਨੇ ਸਟੇਜ ਦੀ ਮੋਟਰ, ਕਿੰਨੇ ਦੀ ਮੋਟਰ ਪਾਈ ਜਾਵੇ, ਬਸ ਇੱਥੇ ਹੀ ਗੜਬੜ ਹੁੰਦੀ ਹੈ। ਜਾਂ ਪੈਨਲ ਘੱਟ ਲੱਗਦੇ ਆ, ਜਿਵੇਂ 15 ਲਾਉਂਦੇ ਅਸੀਂ 16 ਲਾ ਦਿੰਦੇ ਹਾਂ, ਤਾਂ ਥੋੜ੍ਹੀ ਜਿਹੀ ਉਹਨੂੰ ਵੋਲਟੇਜ, ਅਤੇ ਏਸੀ ਮੋਟਰਾਂ ਜਿਹੜੀਆਂ ਉਹ ਆਪਣੇ ਸੋਲਰ ਵਾਲੀਆਂ ਲਾਉਣੀਆਂ ਚਾਹੀਦੀਆਂ, ਜਿਹੜੀਆਂ ਘੱਟ ਵਾਟੇਜ ਨਾਲ ਵੀ ਕੰਮ ਕਰਨ, ਇਹ ਡਿਫਰੈਂਸ ਹੁੰਦੇ ਆ ਥੋੜ੍ਹੇ ਥੋੜ੍ਹੇ, ਹੋਰ ਕੁਛ ਨਹੀਂ ਹੁੰਦਾ, ਉਹਦੇ ਨਾਲ ਹੀ ਰਿਜ਼ਲਟ ਵਧੀਆ ਹੁੰਦਾ। ਹਾਂਜੀ, ਬਿਜਲੀ ਦਾ ਬਿੱਲ ਇਹ ਹੈ ਵੀ ਥੋੜ੍ਹਾ ਬਹੁਤ ਜਿਹੜੇ ਖਰਚੇ ਆ ਉਹ ਜ਼ਰੂਰ ਲੈਂਦੀ ਹੈ ਸਰਕਾਰ, ਅਤੇ ਬਿੱਲ ਵਾਕਈ ਘੱਟ ਜਾਂਦੇ ਆ। ਇਹਨੇ 1 ਕਿਲੋਵਾਟ ਨੇ 1450 ਯੂਨਿਟ ਤੁਹਾਨੂੰ ਸਾਲ ਦੇ ਦੇਣੇ ਆ, 1 ਕਿਲੋਵਾਟ ਨੇ, ਤਾਂ ਉਹਨੇ ਉਨਾ ਕੰਮ ਕਰ ਹੀ ਦੇਣਾ, ਠੀਕ ਹੈ। ਜੇ ਤੁਸੀਂ 3 ਕਿਲੋਵਾਟ ਲਾਇਆ ਤਾਂ ਉਹਨੇ ਉਨਾ ਕੰਮ ਦੇ ਦੇਣਾ, ਜੇ ਤੁਸੀਂ 10 ਲਾਇਆ ਤਾਂ ਉਹਨੇ ਉਨਾ ਕੰਮ ਕਰ ਦੇਣਾ, ਉਹਨੇ ਯੂਨਿਟ ਉਹਨੇ ਬਣਾ ਕੇ ਤੁਹਾਡੇ ਜੋੜ ਦੇਣੇ ਆ। ਜੇ ਤੁਹਾਡੀ ਲੋਡ ਜ਼ਿਆਦਾ ਹੈ ਤਾਂ ਉਹਨਾਂ ਬਿੱਲ ਆ ਜੂਗਾ, ਜੇ ਲੋਡ ਘੱਟ ਹੈ ਤਾਂ ਫਿਰ ਇਕੱਲਾ ਖਰਚੇ ਦਾ ਬਿੱਲ ਆਊਗਾ। ਡਿਫਰੈਂਟ ਇਹੀ ਹੈ ਜੀ ਵੀ ਜੇ ਤੁਸੀਂ ਪੂਰਾ ਕੈਲਕੂਲੇਟ ਕਰਕੇ ਲਾ ਲੈਂਦੇ ਹੈ, ਤਾਂ ਫਿਰ ਤੁਸੀਂ ਮੰਨ ਲਓ ਵੀ ਤੁਹਾਡੇ 100 ਯੂਨਿਟ ਦੀ ਖਪਤ ਹੈ, ਤਾਂ ਆਪਾਂ 110 ਯੂਨਿਟ ਪੈਦਾ ਕਰਨ ਵਾਸਤੇ ਆਪਾਂ ਉਹਦਾ ਸੋਲਰ ਸਿਸਟਮ ਲਾ ਲਈਏ, ਤਾਂ ਫਿਰ ਬਿੱਲ ਜਿਹੜਾ ਖਰਚਾ ਹੈ 10-15% ਉਹ ਹੀ ਆਊਗਾ, 90% ਆਪਣਾ ਬਚ ਜੂਗਾ, ਆਪਾਂ ਪ੍ਰੋਡਕਸ਼ਨ ਹੀ 19 ਬਰਾਬਰ ਕਰ ਦਿਆਂਗੇ। ਇਹ ਹੁੰਦਾ ਜੀ, ਇੱਕ ਬੰਦਾ ਲਾਉਣ ਵਾਲਾ ਜਿਹੜਾ ਤੁਹਾਡਾ ਵੈਂਡਰ ਹੈ, ਇਹ ਤੁਹਾਡਾ ਵਿਚਾਲੇ ਪੁਲ ਹੈ ਕੰਪਨੀ ਦੇ ਤੁਹਾਡੇ, ਇਹਨੇ ਗਰੰਟੀ ਵਰੰਟੀ ਤੁਹਾਨੂੰ ਇਹਨੇ ਲੈ ਕੇ ਦੇਣੀ ਹੈ, ਉਹ ਜ਼ਰੂਰ ਚੰਗਾ ਬੰਦਾ ਚੁਣੋ। ਸਾਡੇ ਪ੍ਰੋਫੈਸ਼ਨ ਦੇ ਵਿੱਚ ਨਾ ਬੰਦੇ ਗਹਿ ਬਹੁਤ ਹੋ ਜਾਂਦੇ ਆ, ਬੜੇ ਬੜੇ ਬੰਦਿਆਂ ਨੇ ਲਾਇਆ ਸਾਡੇ ਕੋਲ, ਆਉਂਦੇ ਆ ਬਾਈ ਸਾਡਾ ਲਾਉਣ ਵਾਲਾ ਜਿਹੜਾ ਉਹ ਦੁਕਾਨ ਬੰਦ ਕਰ ਗਿਆ, ਉਹ ਕੰਮ ਛੱਡ ਗਿਆ, ਕਿਉਂਕਿ ਉਹ ਜਿਵੇਂ ਅਸੀਂ ਬਲਕ 'ਚ ਕੰਮ ਵੱਡਾ ਕੰਮ ਕਰਦੇ ਹਾਂ, ਸਾਥੋਂ ਸਿਸਟਮ ਚੱਕਿਆ ਅਗਲੇ ਦੇ ਲਾਤਾ, ਵਿੱਚੋਂ 5-4 ਹਜ਼ਾਰ ਰੁਪਇਆ ਬਣਾ ਲਿਆ, ਹੈ ਨਾ, ਤਾਂ ਇਸ ਤਰ੍ਹਾਂ ਦਾ ਕੰਮ ਬਹੁਤ ਹੋ ਰਿਹਾ, ਉਹਦੇ ਤੋਂ ਜ਼ਰੂਰ ਸਚੇਤ ਰਹੋ, ਵੀ ਬੰਦਾ ਜ਼ਰੂਰ ਚੰਗਾ ਚੁਣੋ, ਮੇਰਾ ਇਹੀ ਕਹਿਣਾ ਜੀ। ਸਰ ਇਹ ਹੈ ਵੀ ਜਿਹੜੀ ਸਰਕਾਰੀ ਸਕੀਮ ਪਿੰਡਾਂ ਦੀ ਆਉਂਦੀ ਹੈ, ਠੀਕ ਹੈ, ਉਹ ਸਾਰੇ ਇੰਡੀਆ 'ਚ ਹੀ ਹੈ, ਸਰਕਾਰ ਸਟੇਟ ਸਰਕਾਰ ਕਈ ਵਾਰੀ ਸਬਸਿਡੀ ਵੱਧ, ਜਿਵੇਂ ਹਰਿਆਣੇ ਨੇ 75% ਦਿੱਤੀ ਵੀ ਆਪਣੇ 60% ਹੈ, ਉਹ ਜਦੋਂ ਵੀ ਆਉਂਦੀ ਹੈ ਅਖਬਾਰਾਂ 'ਚ ਫੇਸਬੁੱਕ 'ਤੇ ਪਤਾ ਲੱਗ ਜਾਂਦਾ, ਤਾਂ ਜਿਵੇਂ ਮੰਨ ਲਓ 6000 ਕਨੈਕਸ਼ਨ ਕੱਢਿਆ ਤਾਂ ਉਹ ਆਨਲਾਈਨ ਜਾ ਕੇ ਤੁਹਾਨੂੰ ਭਰਨਾ ਪੈਂਦਾ, ਉਹ ਪਹਿਲੇ ਦਿਨ ਹੀ ਸਾਰਾ ਭਰਿਆ ਜਾਂਦਾ, ਤਾਂ ਕਈ ਵਾਰ ਜਿਹੜੇ ਲੋੜਵੰਦ ਬੰਦੇ ਆ ਉਹ ਰਹਿ ਜਾਂਦੇ ਆ। ਬਾਕੀ ਵੈਸੇ ਵੀ ਉਹ 22 ਬਲੋਕਾਂ ਦੇ ਵਿੱਚ ਹੈ ਪੰਜਾਬ 'ਚ, ਤਕਰੀਬਨ 100 ਤੋਂ ਉੱਤੇ ਬਲੋਕ ਹੈ, ਤਾਂ ਉਹ ਬੜੇ ਬੰਦਿਆਂ ਨੂੰ ਲੋੜ ਵੀ ਹੈ, ਠੀਕ ਹੈ ਜੀ। ਰਹੀ ਗੱਲ ਜਿਹੜੀ ਪ੍ਰਾਈਵੇਟ ਸਕੀਮ ਹੈ, ਤਾਂ ਮੈਂ ਇੱਕੋ ਹੀ ਗੱਲ ਬਾਈ ਜੀ ਬੇਨਤੀ ਕਰਨੀ ਚਾਹੂੰਗਾ ਵੀ ਪਹਿਲਾਂ ਤਾਂ ਇਹ ਹੈ ਵੀ ਮੰਨ ਲਓ ਵੀ ਮੈਂ ਤੁਹਾਡੇ ਲਾ ਰਿਹਾ, ਤਾਂ ਮੈਥੋਂ ਲਿਖਾ ਕੇ ਸਾਰਾ ਕੁਝ ਲੈ ਜਾਓ, ਕਿੰਨੇ ਪੈਨਲ ਪਹੁੰਚਦੀ ਕਰੋਗੇ ਕਿ ਨਹੀਂ ਕਰਦੇ, GST ਹੈਗਾ, 1 ਨੰਬਰ ਦੇ ਪੈਨਲ ਹੈ, B ਗ੍ਰੇਡ ਹੈ, A ਗ੍ਰੇਡ ਹੈ, ਸਾਰਾ ਕੁਝ ਲਿਖਾ ਕੇ ਉਹੀ ਚੀਜ਼ ਅਗਲੇ ਤੋਂ ਮੰਗ ਲਓ, ਤਾਂ ਰੇਟ ਦਾ ਉਦੋਂ ਹੀ ਪਤਾ ਲੱਗ ਜੂ ਇਹ ਫਰਕ ਹੈ ਕਿ ਨਹੀਂ ਹੈ। ਹੁਣ ਦੱਸਦਾ ਵੀ 1450 ਯੂਨਿਟ ਹੈ, ਇਹਨੇ ਸਾਲ ਦਾ 1 ਕਿਲੋਵਾਟ ਦੇ ਦੇਣਾ ਆਪਾਂ ਨੂੰ, ਜਿਹੜਾ ਆਪਾਂ ਘਰੇ ਔਨ ਗ੍ਰੇਡ ਲਾਉਣੇ ਆ। ਔਫ ਗ੍ਰੇਡ ਵੀ ਆਉਂਦਾ, ਉਹ ਥੋੜ੍ਹਾ ਜਿਹਾ ਇਹ ਹੈ ਵੀ ਜਿੱਥੇ ਲਾਈਟ ਜ਼ਿਆਦਾ ਜਾਂਦੀ ਹੈ ਜਾਂ ਜਿੱਥੇ ਲਾਈਟ ਹੈ ਨਹੀਂ ਗੀ ਉੱਥੇ ਔਫ ਗ੍ਰੇਡ ਕਾਮਯਾਬ ਹੈ, ਠੀਕ ਹੈ ਜੀ। ਪੈਨਲ ਕਈ ਤਰ੍ਹਾਂ ਦੇ ਆਉਂਦੇ ਆ, ਮੋਨੋ ਆਉਂਦੇ ਆ, ਪੋਲੀ ਆਉਂਦੇ ਆ, ਪੋਲੀ 335 ਤੱਕ ਟੈਕਨੀਕ ਹੈ, ਉਸ ਤੋਂ ਅੱਗੇ ਜਾ ਕੇ ਮੋਨੋ ਸ਼ੁਰੂ ਹੋ ਜਾਂਦੇ, ਫਿਰ ਹਾਫ ਕੱਟ ਮੋਨੋ ਹਾਫ ਕੱਟ ਹੋ ਜਾਂਦੇ ਆ। ਇਹ ਜ਼ਰੂਰ ਜਾਂਚ ਕਰੋ, ਲੋਕਾਂ ਨੂੰ ਪਤਾ ਨਹੀਂ ਹੁੰਦਾ ਵੀ 335 ਵਾਲੇ ਦੀ ਥਾਂ 'ਤੇ 300 ਵਾਲੇ ਲਾਈ ਜਾਂਦੇ ਆ ਪੁਰਾਣੇ ਚੱਕ ਚੱਕ ਕੇ, ਹੈ ਨਾ, ਸਾਡੇ ਸਿਸਟਮ ਦੇ ਵਿੱਚ, ਇਹ ਤੋਂ ਬਚੋ। ਰਹੀ ਗੱਲ ਮੋਟਰ ਦੀ, ਜਿਹੜੇ ਸਬਜ਼ੀਆਂ ਵਾਲੇ ਬੰਦੇ ਆ, ਜਿਵੇਂ ਪਨੀਰੀ ਲਾਉਣੀ ਹੈ, ਪੱਠੇ ਲਾਉਣੇ ਹੈ, ਤਾਂ ਇਹ ਜਿਹੜੀ ਘਰ ਦੀ ਮੱਝ ਵਾਲੀ ਵਾਲਾ ਵੀ ਜਦੋਂ ਮਰਜ਼ੀ ਚੋਲੋ, ਤਾਂ ਇਹ ਆਪਣੇ ਲੋੜ ਵੇਲੇ ਕੰਮ ਆਉਣ ਵਾਲੀ ਚੀਜ਼ ਹੈ। ਇਹ ਮੋਟਰ ਜਿਹੜਾ ਪੂਰਾ ਹੀ ਕੰਮ ਦਿੰਦੀ ਹੈ, ਅਤੇ ਹਰ ਵੇਲੇ ਇਹਨੇ ਚੱਲਦੇ ਰਹਿਣਾ, 6-6, 7-7 ਘੰਟੇ ਬਹੁਤ ਵਧੀਆ ਗਰਮੀਆਂ ਚੱਲਦੀ ਹੈ, ਉਦੋਂ ਹੀ ਜ਼ਿਆਦਾ ਲੋੜ ਹੁੰਦੀ ਹੈ, ਤਾਂ ਇਹ ਜ਼ਿਆਦਾ ਯੂਜ਼ਫੁੱਲ ਹੈ, ਕਿਉਂਕਿ ਸਬਜ਼ੀ ਨੂੰ ਹੋਰ ਚੀਜ਼ਾਂ ਨੂੰ ਲੋੜ 'ਤੇ ਪਾਣੀ ਚਾਹੀਦਾ ਹੁੰਦਾ, ਮੌਕੇ 'ਤੇ ਚਾਹੀਦਾ ਹੁੰਦਾ। ਇਹੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਜ਼ਿਮੀਂਦਾਰਾਂ ਵਾਸਤੇ ਕਿ ਸਾਰਿਆਂ ਵਾਸਤੇ ਬੜਾ ਚੰਗਾ, ਠੀਕ ਹੈ ਜੀ, ਫੈਕਟਰੀਆਂ ਵਾਲਿਆਂ ਵਾਸਤੇ ਵੀ ਚੰਗਾ, ਹੋਰ ਜੇ ਕੋਈ ਘਰਾਂ 'ਚ ਲਵਾਉਣਾ ਚਾਹੁੰਦੇ ਉਹਨਾਂ ਵਾਸਤੇ ਵੀ ਚੰਗਾ। ਮੇਰੀ ਕੰਪਨੀ ਗ੍ਰੀਨ ਐਨਰਜੀ ਐਂਡ ਔਰਗੈਨਿਕਸ ਕੰਪਨੀ ਹੈ, ਗੁੰਨਿਆਂ ਨੇ ਸਾਡਾ ਦਫ਼ਤਰ ਹੈ ਜੀ, ਮੇਰਾ ਪਿੰਡ ਕੌਣੀ ਹੈ ਵੈਸੇ, ਤਾਂ ਅਸੀਂ ਉਹ ਇਹਦਾ ਇਹ ਹੈ ਜੀ, ਜਿਵੇਂ ਹੁਣ ਤੁਸੀਂ 5 ਕਿਲੋਵਾਟ ਲਵਾਉਣਾ ਹੋਵੇ ਚੰਗੀਆਂ ਕੰਪਨੀਆਂ ਦਾ, ਤਾਂ ਤਕਰੀਬਨ 3 ਕੁ ਲੱਖ ਦਾ ਹੈ ਜੀ, ਠੀਕ ਹੈ ਜੀ। ਜੇ ਤੁਸੀਂ 10 ਕਿਲੋਵਾਟ ਲਵਾਉਣਾ ਹੋਵੇ ਤਾਂ ਉਹ ਥੋੜ੍ਹਾ ਜਿਹਾ 2,000 ਕਿਲੋਵਾਟ ਦਾ ਘੱਟ ਜਾਂਦਾ, ਹੁਣ ਇਹ 'ਤੇ ਸਬਸਿਡੀ ਵੀ ਚੱਲ ਰਹੀ ਹੈ ਜੀ ਸਰਕਾਰ ਦੀ, ਤਾਂ ਉਹ ਤਕਰੀਬਨ ਜਿਹੜੀ 3 ਕਿਲੋਵਾਟ ਤੱਕ ਤਾਂ 40% ਸਬਸਿਡੀ ਹੈ, ਅਤੇ ਉਸ ਤੋਂ ਉੱਤੇ 20% ਹੋ ਜਾਂਦੀ ਹੈ। ਅਸੀਂ ਅੰਦਾਜ਼ਾ ਇਹ ਲਾਇਆ ਵੀ 3 ਤੱਕ ਬਹੁਤ ਘੱਟ ਲੱਗਦੇ ਹੈ, ਜ਼ਿਆਦਾ ਉਦੋਂ ਉੱਤੇ ਹੀ ਲੱਗਦੇ ਆ, ਤਾਂ 10,000 ਕਿਲੋਵਾਟ ਦਾ ਜਿਹੜਾ ਬੱਚਤ ਹੋ ਜਾਂਦੀ ਹੈ, ਉਹ ਤੁਹਾਨੂੰ ਸਰਕਾਰ ਨੇ ਬਾਅਦ 'ਚ ਦੇਣਾ